ਸਤਿ ਸ਼੍ਰੀ ਅਕਾਲ ਸਟੂਡੈਂਟਸ, ਆਪਣਾ ਟੋਪਿਕ ਚੱਲ ਰਿਹਾ ਸੀਗਾ ਜੀ ਸਕ੍ਰੈਪਿੰਗ ਬਾਰੇ ਗੱਲ ਕਰਾਂਗੇ, ਗੈਰੇ ਟੂਲਸ ਐਂਡ ਇਕਿਪਮੈਂਟ, ਜਨਰਲ ਟੂਲਸ ਦਾ ਪਹਿਲੇ ਚੈਪਟਰ ਦਾ। ਠੀਕ ਹੈ ਜੀ, ਇਹਦੇ ਵਿੱਚ ਆਪਾਂ ਗੱਲ ਕਰਾਂਗੇ ਸਕ੍ਰੈਪਿੰਗ, ਮੈਟਲ ਸਵਾਇੰਗ ਅਤੇ ਮੈਟਲ ਸ਼ੀਅਰਿੰਗ ਟੂਲਸ ਬਾਰੇ। ਤਿੰਨ ਟੋਪਿਕਸ ਨੇ ਆਪਣੇ ਕੋਲ, ਆਪਾਂ ਤਿੰਨਾਂ ਬਾਰੇ ਅਲੱਗ ਅਲੱਗ ਡਿਸਕ੍ਰਿਪਸ਼ਨ ਕਰਾਂਗੇ। ਇਸ ਟਾਈਮ ਤੁਹਾਡੀ ਸਕਰੀਨ ਦੇ ਉੱਤੇ ਕਾਫੀ ਸਾਰੀ ਡਾਇਗਰਾਮਸ ਬਣੀਆਂ ਹੋਈਆਂ ਨੇ, ਮੈਂ ਕੋਸ਼ਿਸ਼ ਕਰਦਾ ਕਿ ਤੁਹਾਨੂੰ ਡਾਇਗਰਾਮਸ ਦੇ ਰਾਹੀਂ ਈਜ਼ੀਲੀ ਤੁਹਾਨੂੰ ਸਮਝ ਆ ਸਕੇ ਉਹ ਪ੍ਰੋਸੈਸ। ਠੀਕ ਹੈ ਜੀ, ਇੱਕ ਇੱਕ ਕਰਕੇ ਮੈਂ ਪ੍ਰੋਸੈਸ ਆ ਉਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਪਹਿਲਾ ਨੰਬਰ 'ਤੇ ਆਉਂਦੀ ਹੈ ਜੀ ਸਕ੍ਰੈਪਿੰਗ। ਸਕ੍ਰੈਪਿੰਗ ਕੀ ਹੁੰਦੀ ਹੈ ਜੀ? ਇੱਕ ਵਰਕ ਪੀਸ ਆ, ਠੀਕ ਹੈ, ਚਾਹੇ ਉਹ ਆਪਾਂ ਕਹਿ ਲਓ ਵੀ MS ਦਾ, ਠੀਕ ਹੈ, ਮਾਈਲਡ ਸਟੀਲ ਦਾ, ਠੀਕ ਹੈ ਜੀ। ਅਤੇ ਸਕ੍ਰੈਪਿੰਗ ਮਤਲਬ ਹੁੰਦਾ ਰਿਮੂਵ ਕਰਨੀ ਆ ਥਿਨ ਸਲਾਈਸਿਸ ਜਾਂ ਫੇਕਸ ਆਫ ਮੈਟਲ ਟੂ ਮੇਕ ਫਾਈਨ ਅਤੇ ਸਮੂਥ ਸਰਫੇਸ। ਠੀਕ ਹੈ, ਮਤਲਬ ਕਿ ਇੱਕ ਕਈ ਵਾਰ ਕੀ ਹੁੰਦਾ, ਜਿਹੜਾ ਆਪਣਾ ਮੈਟਲ ਦਾ ਕੋਈ ਸਰਫੇਸ ਹੁੰਦਾ, ਕੋਈ ਵਰਕ ਪੀਸ ਆਪਣੇ ਕੋਲ, ਉਹ ਮੈਟਲ ਦਾ ਜਿਹੜਾ ਇੱਕ ਸਰਫੇਸ ਆ, ਠੀਕ ਹੈ ਜੀ, ਉਹ 'ਚ ਕੀ ਹੁੰਦਾ ਕਿ ਆਪਣਾ ਕੁਛ ਅਨਈਵਨ ਸਰਫੇਸ ਹੁੰਦੇ ਨੇ, ਸ਼ੇਕਸ ਹੁੰਦੀਆਂ ਨੇ, ਠੀਕ ਹੈ, ਸਲਾਈਸਿਸ ਹੁੰਦੀ ਨੇ, ਉਹਨੂੰ ਰਿਮੂਵ ਕਰਨ ਨੂੰ ਆਪਾਂ ਸਕ੍ਰੈਪਿੰਗ ਕਹਿੰਦੇ ਹਾਂ। ਇਹਦੇ ਵਿੱਚ ਆਪਾਂ ਹੈਂਡ ਟੂਲਸ ਵਰਤਦੇ ਹਾਂ ਲਾਈਕ ਸਕ੍ਰੈਪਰ, ਜਿਹਦੇ ਵਿੱਚ ਆਪਣੇ ਕੋਲ ਹਾਰਡ ਕਟਿੰਗ ਐਜ ਹੁੰਦਾ ਜਿਹਨਾਂ ਦਾ, ਠੀਕ ਹੈ ਜੀ। ਅਤੇ ਇਹ ਸਕ੍ਰੈਪਰ ਰਿਮੂਵ ਕਰਦੇ ਨੇ ਵੈਰੀ ਥਿਨ ਚਿਪਸ ਆਫ ਮੈਟਲ, ਠੀਕ ਹੈ। ਸਕ੍ਰੈਪਿੰਗ ਅਲਾਇੰਸ ਜਿਹੜੀ ਹੁੰਦੀ ਆ ਉਹ ਸਮਾਲ ਹੁੰਦੀ ਆ। ਡਿਫਰੈਂਟ ਟਾਈਪਸ ਆਫ ਸਕ੍ਰੈਪਰਸ ਆਪਾਂ ਯੂਜ਼ ਕਰ ਸਕਦੇ ਹਾਂ ਐਜ ਪਰ ਇਕੁਪਮੈਂਟਸ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰ ਸਕਦੇ ਹਾਂ, ਨੈਕਸਟ ਆਉਂਦਾ ਆਪਾਂ ਕਹਿ ਸਕਦੇ ਹਾਂ ਮੈਟਲ ਸਵਾਇੰਗ ਦੀ ਗੱਲ ਕਰ ਸਕਦੇ ਹਾਂ, ਠੀਕ ਹੈ ਜੀ। ਸਕ੍ਰੈਪਰ ਅਲੱਗ ਅਲੱਗ ਦੇ ਆਉਂਦੇ ਨੇ, ਇੱਕ ਠੀਕ ਹੈ ਜੀ, ਆਪਾਂ ਇਹ ਕਹਿ ਸਕਦੇ ਹਾਂ ਟ੍ਰੈਮਲ ਪੁਆਇੰਟਸ ਵੀ ਆਉਂਦੇ ਨੇ, ਜਿਹਦੇ ਵਿੱਚ ਇੱਕ ਬੀਮ ਹੁੰਦਾ, ਥੰਮ ਸਕਰਿਊਜ਼ ਹੁੰਦੇ ਨੇ, ਹੈਡਸ ਹੁੰਦੇ ਨੇ, ਕਲੈਂਪਸ ਹੁੰਦਾ, ਠੀਕ ਹੈ ਜੀ, ਨੀਡਲ ਪੁਆਇੰਟਸ ਹੁੰਦੇ ਨੇ, ਆਪਾਂ ਉਹਦੇ 'ਤੇ ਆਪਾਂ ਰੱਖ ਕੇ ਉਹਨੂੰ ਪੁਆਇੰਟਸ ਕਰ ਸਕਦੇ ਹਾਂ, ਠੀਕ ਹੈ ਜੀ। ਨੈਕਸਟ ਟੋਪਿਕ ਜਿਹੜਾ ਮੈਂ ਗੱਲ ਕਰੂੰਗਾ ਮੈਟਲ ਸਵਾਇੰਗ, ਠੀਕ ਹੈ ਜੀ। ਹੈਂਡ ਸਵਾਇੰਗ ਹੁੰਦੀ ਹੈ, ਸਵਾਇੰਗ ਦਾ ਮਤਲਬ ਹੁੰਦਾ ਇਹ ਫਿਟਿੰਗ ਸ਼ੋਪ ਦੇ ਵਿੱਚ ਯੂਜ਼ ਕੀਤਾ ਜਾਂਦਾ ਇਹ ਜਿਹੜਾ ਪ੍ਰੋਸੈਸ ਹੈ, ਠੀਕ ਹੈ ਜੀ। ਡਿਫਰੈਂਟ ਕੱਟ ਆਪਾਂ ਮੈਟਲ ਪੀਸ ਦੇ ਕੱਟ ਸਕਦੇ ਹਾਂ ਇੱਕ ਡਿਜ਼ਾਇਰ ਸ਼ੇਪ ਅਤੇ ਸਾਈਜ਼ ਦੇ, ਠੀਕ ਹੈ ਜੀ। ਇਹਦੇ ਵਿੱਚ ਆਪਾਂ ਓਪਰੇਸ਼ਨ ਹੁੰਦੀ ਹੈ ਸੱਚ ਐਜ਼ ਫਾਈਲਿੰਗ, ਡਰਿਲਿੰਗ, ਸਕ੍ਰੈਪਿੰਗ, ਮਾਰਕਿੰਗ। ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਕਟਿੰਗ ਮੈਟਲ ਪੀਸ ਰਿਕੁਆਇਰਡ ਜਿਹੜੇ ਹੁੰਦੇ ਨੇ ਲੈਂਥ ਦੇ, ਇੱਕ ਬਾਰ ਸਟੋਪ ਦੇ ਹੁੰਦੇ ਨੇ, ਹੈਕਸਾ ਜਿਹੜੇ ਹੁੰਦੇ ਨੇ, ਇੱਕ ਕੁਕੈਸਟ ਮੈਥਡ ਆ ਕਟਿੰਗ ਦਾ, ਹੈਂਡ ਹੈਕਸਾ ਹੁੰਦਾ, ਐਡਜਸਟੇਬਲ ਵੀ ਹੈਕਸਾ ਆਉਂਦੇ ਨੇ, ਠੀਕ ਹੈ ਜੀ, ਸ਼ੇਪਿੰਗ ਕਰਕੇ ਤਾਂ ਕਿ ਸਲੋਟਿੰਗ ਆਫ ਆ ਜਿਹੜਾ ਆਪਾਂ ਮੈਟਲ ਦਾ ਕਰ ਸਕੀਏ। ਸੈਵਰਲ ਕਾਈਂਡ ਜਿਹੜੇ ਆਪਣੇ ਕੋਲ ਆਉਂਦੇ ਨੇ ਸਵਾਇੰਗ ਮਸ਼ੀਨਸ ਹੁੰਦੀਆਂ ਨੇ, ਇੰਪਲਾਈਡ ਹਾਈ ਪ੍ਰੋਡਕਟੀਵਿਟੀ, ਠੀਕ ਹੈ ਜੀ। ਅਤੇ ਜਿਹੜਾ ਵਰਕ ਹੁੰਦਾ ਉਹ ਸਵੈਗ ਦਾ ਇਹਨੂੰ ਟਾਈਟਲੀ ਹੋਲਡ ਕਰ ਲਿਆ ਜਾਂਦਾ ਵਾਈਸ ਦੇ ਵਿੱਚ। ਇਸ ਟਾਈਮ ਡਾਇਗ੍ਰਾਮ ਦੇਖੋ ਤੁਸੀਂ, ਆਹ ਵਰਕ ਬੈਂਚ ਵਾਈਸ ਆ, ਇਹ ਆ ਵਰਕ ਪੀਸ ਆ, ਮੈਂ ਇਹਨੂੰ ਕਟਿੰਗ ਕਰ ਰਿਹਾ, ਠੀਕ ਹੈ ਜੀ। ਇਹ ਮੇਰਾ ਹੈਂਡ ਐਕਸ ਆ, ਠੀਕ ਹੈ ਜੀ। ਇਸ ਹਿਸਾਬ ਨਾਲ ਇਹਨੂੰ ਮੈਂ ਜਿਹੜੀ ਇਹਦੀ ਫਲਾਈ ਆ ਸੈਟਅਪ ਕਰਕੇ ਇਹਨੂੰ ਇੱਕ ਤਰ੍ਹਾਂ ਨਾਲ ਮੂਵ ਕਰਕੇ ਇਹਦੇ ਵਿੱਚ ਮੈਂ ਗਰੂਵ ਪਾ ਰਿਹਾ ਇਹਨੂੰ, ਮੈਂ ਮੈਟਲ ਨੂੰ ਜਿੰਨਾ ਵੀ ਮੇਰਾ ਮੈਜ਼ਰ ਕੀਤਾ ਹੋਇਆ ਉਹਨੂੰ ਜਿਹੜਾ ਐਕਸੈਸ ਮਟੀਰੀਅਲ ਉਹਨੂੰ ਮੈਂ ਕੱਟ ਕਰ ਰਿਹਾ ਜਾਂ ਉਹਨੂੰ ਮੈਂ ਕੋਈ ਨਾ ਕੋਈ ਸ਼ੇਪ ਦੇ ਰਿਹਾ, ਰਾਈਟ। ਉਸ ਤੋਂ ਬਾਅਦ ਜਿਹੜੇ ਸਾਹ ਬਲੇਡ ਆ, ਕਿਉਂਕਿ ਇਹਦੇ ਵਿੱਚ ਕੀ ਹੈਂਡ ਐਕਸਾਂ ਦੇ ਵਿੱਚ ਕੀ ਹੁੰਦਾ ਕਿ ਇਹ ਫੋਰਵਰਡ ਸਟ੍ਰੋਕ ਦੇ ਵਿੱਚ ਕੰਮ ਕਰਦਾ, ਰਿਵਰਸ ਦੋ ਸਟ੍ਰੋਕ ਹੋਏ ਫੋਰਵਰਡ ਅਤੇ ਰਿਵਰਸ, ਫੋਰਵਰਡ ਦੇ ਵਿੱਚ ਇਹਨੇ ਕੱਟ ਕਰਨਾ, ਰਿਵਰਸ ਜਿਹੜਾ ਸਟ੍ਰੋਕ ਹੁੰਦਾ ਮਤਲਬ ਕਿ ਆਪਾਂ ਕਹਿ ਸਕਦੇ ਕਈ ਹੈਕਸਾਂ ਦੇ ਵਿੱਚ ਦੋਹਾਂ ਦੇ ਵਿੱਚ ਹੀ ਜਿਹੜਾ ਇਹ ਸਟ੍ਰੋਕ ਆ ਕੱਟ ਕਰਦਾ, ਤਾਂ ਕਿ ਆਪਾਂ ਮਤਲਬ ਕਿ ਉਸ ਹਿਸਾਬ ਨਾਲ ਕਟਿੰਗ ਆਪਾਂ ਕਰ ਸਕਦੇ ਹਾਂ ਹੈਂਡ ਹੈਕਸਾਂ ਨਾਲ, ਠੀਕ ਹੈ ਜੀ। ਦੋ ਸਟ੍ਰੋਕ ਦੇ ਵਿੱਚ ਕੰਮ ਕਰਦਾ, ਫੋਰਵਰਡ ਵੀ ਕਰਦਾ, ਠੀਕ ਹੈ ਜੀ। ਇਹਦੇ ਵਿੱਚ ਜਿਹੜੇ ਦੰਦੇ ਲੱਗੇ ਹੁੰਦੇ ਨੇ ਫੋਰਵਰਡ ਜਿਹੜੇ ਹੁੰਦੇ ਨੇ ਫੋਰਵਰਡ ਕੱਟ ਕਰਦੇ ਨੇ, ਕਈਆਂ ਦੇ ਵਿੱਚ ਜਿਹੜੇ ਬਲੇਡਸ ਦੇ ਵਿੱਚ ਜਿਹੜੇ ਤੀਰ ਹੁੰਦੇ ਨੇ ਉਹ ਰਿਵਰਸ ਕਰਦੇ ਨੇ, ਠੀਕ ਹੈ ਜੀ। ਮਤਲਬ ਕਿ ਅਲੱਗ ਅਲੱਗ ਟਾਈਪਸ, ਅਲੱਗ ਅਲੱਗ ਸ਼ੇਪਸ, ਅਲੱਗ ਅਲੱਗ ਪਹਿਲੂਆਂ ਨੂੰ ਵਿਚਾਰਦੇ ਹੋਏ ਮਤਲਬ ਕਿ ਉਹ ਚੀਜ਼। ਇਹਦੇ ਵਿੱਚ ਦੋ ਸਟ੍ਰੋਕ ਹੁੰਦੇ ਨੇ, ਇੱਕ ਹੁੰਦਾ ਜਿਹੜਾ ਫੋਰਵਰਡ ਸਟ੍ਰੋਕ ਹੁੰਦਾ, ਠੀਕ ਹੈ, ਜਿਹੜਾ ਬੈਕਵਰਡ ਸਟ੍ਰੋਕ ਹੁੰਦਾ ਉਹਨੂੰ ਆਪਾਂ ਆਈਡਲ ਸਟ੍ਰੋਕ ਕਹਿੰਦੇ ਹਾਂ। ਮੈਂ ਤੁਹਾਨੂੰ ਵਾਰ ਵਾਰ ਉਹੀ ਗੱਲ ਰਿਪੀਟ ਕੀਤਾ ਸੀਗਾ, ਕਈਆਂ ਦੇ ਵਿੱਚ ਕੀ ਹੁੰਦਾ ਫੋਰਵਰਡ ਸਟ੍ਰੋਕ ਦੇ ਵਿੱਚ ਇਹਨੇ ਕੱਟ ਕਰਨਾ, ਜਿਹੜਾ ਬੈਕਵਰਡ ਸਟ੍ਰੋਕ ਆ ਹੈਕਸਾ ਦਾ ਉਹ ਕੀ ਹੁੰਦਾ ਆਪਣਾ ਇਹ ਕਹਿ ਸਕਦੇ ਹਾਂ ਕਿ ਆਪਣਾ ਉਹ ਆਈਡਲ ਸਟ੍ਰੋਕ ਹੁੰਦਾ, ਠੀਕ ਹੈ। ਆਪਾਂ ਸਫੀਸ਼ੀਐਂਟ ਪ੍ਰੈਸ਼ਰ ਬਣਾਉਣ ਵਾਸਤੇ ਆਪਾਂ ਐਗਜ਼ਰਟ ਕਰਦੇ ਹਾਂ ਫੋਰਵਰਡ ਸਟ੍ਰੋਕ, ਅਤੇ ਰਿਲੀਵ ਸਟ੍ਰੋਕ ਹੁੰਦਾ ਜਿਹੜਾ ਜਿਹੜਾ ਵੀ ਕੱਟ ਬਲੇਡ ਆ ਜਿਹੜਾ ਕਰ ਸਕਦਾ ਉਹ ਫੋਰਵਰਡ ਡਾਇਰੈਕਸ਼ਨ ਦੇ ਵਿੱਚ ਕੱਟ ਕਰਦਾ, ਅਤੇ ਜਿਹੜਾ ਦੂਸਰਾ ਸਟ੍ਰੋਕ ਹੁੰਦਾ ਉਹ ਆਪਾਂ ਇਹ ਕਹਿ ਸਕਦੇ ਹਾਂ ਕਿ ਆਈਡਲ ਸਟ੍ਰੋਕ ਨੂੰ ਆਪਾਂ ਕਹਿੰਦੇ ਹਾਂ, ਠੀਕ ਹੈ ਜੀ। ਨੈਕਸਟ ਆਉਂਦੇ ਨੇ ਆਪਣੇ ਮੈਟਲ ਸ਼ੀਅਰਿੰਗ ਟੂਲਸ। ਸ਼ੀਅਰਿੰਗ ਦਾ ਮਤਲਬ ਹੁੰਦਾ ਆਪਾਂ ਕਿਸੇ ਵੀ ਸ਼ੀਟ ਨੂੰ
एज पर स्पेसिफिकेशन एज पर साइज एज पर आपां कट करना। स्निप्स आउंदियां ने जी, आ स्निप्स बनिया हुई ने, यह हैंड शीरिंग भी होंगे ने, तो लैवल शीरिंग मशीन राही भी अपना यह वरत्या जाता। ठीक है जी, जिमें स्ट्रेट स्निप होगी, बैंड स्निप होगी, ठीक है जी, सर्कुलर स्ट्रिप होगी, तो ब्लेड्स। ठीक है जी, इनू आप मैटल आप कट सकते हैं 20 गेज का, जरा जरा जो सॉफ्ट कट आप यूज करते हैं मैटल अप टू 20 गेज का, जरा जो मैटल आप ईजीली कट कर सकते हैं। चार टाइप दियाँ जड़िया मै कह सकते हैं स्निप्स होंदिया ने, ठीक है, स्ट्रेट स्ट्रिप, बैंड स्निप, ठीक है, कॉम्बीनेशन ब्लेड, तो सर्कूलर फॉर साइकल टाइप शीयरिंग वास्ते। ठीक है, स्ट्रेट वास्ते की होंगे ये देखो आ बनी हुई है स्ट्रेट आ, बिल्कुल स्ट्रेट दी जी एज आ, बिल्कुल स्ट्रेट आ, कचिंग कटिंग एज आ जी स्ट्रेट आ। आप जिमें घर अपने कैंची होंगी आप उस हिसाब न एग्जाम्पल मैं दे रही हाँ, ठीक है, उस हिसाब न क्योंकि स्ट्रेट होंगी है बिल्कुल, इस करके वो एज आप कह सकते हैं मतलब। ठीक है जी, उस तो बाद जी बैंड स्ट्रिप ये होंगी आ, जो कटिंग एज होंगे ने मैटल स्लाइड ओवर टॉप ब्लेड्स होंगे ने टू आप कह सकते हैं, जोड़ा ज़्यादा थिकनैस जी शीट्स होंगे ने आप कट जी शीयरिंग मशीन जो ज़्यादा मोटाई दियाँ ज़्यादा मोटाई की शीप मशीन आप हैंड सारिया हैंड प्रिंटड ने सारिया। ठीक है जी, आप जो कट कर सकते हैं ये आप कह सकते हैं जो शीयरिंग मशीन आदि ने वोतियां जाए। ठीक है जी, तो ये जड़े स्क्रैपिंग शीयरिंग टूल्स। ठीक है, थैंक यू वेरी मच।